ਤੁਹਾਨੂੰ ਇਹੋ ਜਿਹੀ ਥਾਂ ਦੇ ਦਰਸ਼ਨ ਕਰਾਉਣ ਲਈ ਲੈ ਕੇ ਆਏ ਹਾਂ ਜਿਹਦੇ ਬਾਰੇ ਸੁਣਿਆ ਬੜਾ ਸੀ ਅਤੇ ਭੁਲੇਖੇ ਵੀ ਬੜੇ ਨੇ ਸਾਡੇ ਅੰਦਰ ਉਸ ਥਾਂ ਦੇ ਬਾਰੇ ਕਿਉਂਕਿ ਪੰਜਾਂ ਪਿਆਰਿਆਂ ਦੇ ਵਿੱਚੋਂ ਭਾਈ ਮੋਹਕਮ ਸਿੰਘ ਜੀ ਜਿਹੜੇ ਪੰਜਾਂ ਪਿਆਰਿਆਂ ਦੇ ਵਿੱਚੋਂ ਸੀ ਅਤੇ ਜਿਨ੍ਹਾਂ ਦਾ ਜਨਮ ਸਥਾਨ ਅਸੀਂ ਦੁਆਰਕਾ ਪੜ੍ਹਦੇ ਹਾਂ ਸਾਨੂੰ ਪੜ੍ਹਾਇਆ ਵੀ ਖੈਰ ਦੁਆਰਕਾ ਹੀ ਗਿਆ ਹੈ ਪਰ ਉਹਨਾਂ ਦਾ ਜਿਹੜਾ ਜਨਮ ਹੈ ਨਾ ਅਸਲ ਵਿੱਚ ਉਹ ਦੁਆਰਕਾ ਨਹੀਂ ਹੋਇਆ ਦੁਆਰਕਾ ਤੋਂ ਥੋੜ੍ਹਾ ਜਿਹਾ ਅੱਗੇ ਜਾ ਕੇ ਥੋੜ੍ਹਾ ਜਿਹਾ ਨਹੀਂ 35-40 ਕਿਲੋਮੀਟਰ ਅੱਗੇ ਜਾ ਕੇ ਇੱਕ ਸ਼ਹਿਰ ਹੈ ਅਤੇ ਸ਼ਹਿਰ ਦਾ ਨਾਮ ਹੈ ਔਖਾ ਔਖੇ ਤੋਂ ਅੱਗੇ ਇੱਕ ਫੈਰੀ ਜਾਂਦੀ ਹੈ ਬੇੜੀ ਦੇ ਵਿੱਚ ਹੋ ਕੇ 5 ਕਿਲੋਮੀਟਰ ਲਗਭਗ ਸਫ਼ਰ ਕਰਕੇ ਇੱਕ ਟਾਪੂ ਹੋਏ ਅਤੇ ਉਸ ਟਾਪੂ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਅਤੇ ਉਹ ਜਗ੍ਹਾ ਦਾ ਨਾਂ ਹੈ ਬੇਟ ਦੁਆਰਕਾ ਆਓ ਤੁਹਾਨੂੰ ਪਹਿਲਾਂ ਦਿਖਾਉਂਦੇ ਹਾਂ ਕਿੱਥੋਂ ਫੈਰੀ ਮਿਲਦੀ ਹੈ ਆਓ ਚੱਲੀਏ ਦਰਸ਼ਨ ਕਰੀਏ ਆਓ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਬੇਟ ਦੁਆਰਕਾ ਜਾਣ ਦੇ ਵਾਸਤੇ ਆ ਮੇਰੇ ਪਿੱਛੇ ਆ ਮੈਂ ਭਾਈ ਲਖਵੀਰ ਸਿੰਘ ਨੂੰ ਕਹਾਂਗਾ ਕਿ ਜ਼ਰੂਰ ਦਿਖਾਉਣ ਇਹ ਸਮੁੰਦਰ ਹੈ ਅਤੇ ਸਮੁੰਦਰ ਦੇ ਵਿੱਚ ਅੱਗੇ ਇੱਕ ਟਾਪੂ ਹੈ ਜਿਹੜਾ 5 ਕਿਲੋਮੀਟਰ ਇੱਥੋਂ ਦੂਰ ਹੈ ਉਸ ਟਾਪੂ 'ਤੇ ਸਾਹਮਣੇ ਭਾਈ ਮੋਹਕਮ ਸਿੰਘ ਜੀ ਦਾ ਜਨਮ ਸਥਾਨ ਹੈ ਅਤੇ ਇਹਦੇ ਬਾਰੇ ਕੁਝ ਹੋਰ ਵਿਚਾਰਾਂ ਵੀ ਆਪਾਂ ਕਰਨੀਆਂ ਨੇ ਉੱਥੇ ਗੁਰਦੁਆਰਾ ਸਾਹਿਬ ਜਾ ਕੇ ਆਪਾਂ ਉਹ ਜਿਹੜੀਆਂ ਵਿਚਾਰਾਂ ਉਹ ਕਰਾਂਗੇ ਅਤੇ ਆਓ ਹੁਣ ਤੁਹਾਨੂੰ ਫੈਰੀ ਦਾ ਜਿਹੜਾ ਸਫ਼ਰ ਹੈ ਉਹ ਆਪਾਂ ਸਫ਼ਰ ਤੁਹਾਨੂੰ ਕਰਾਉਂਦੇ ਹਾਂ ਆਓ ਜੀ ਜਿਵੇਂ ਮੈਂ ਆਪ ਜੀ ਨੂੰ ਦੱਸਿਆ ਸੀ ਆ ਵੇਖੋ ਇੱਕ ਫੈਰੀ ਉਸ ਪਾਸਿਓਂ ਆਈ ਹੈ ਅਤੇ ਜਿਹਦੇ ਵਿੱਚ ਲੋਕ ਵਾਪਸ ਆ ਰਹੇ ਨੇ ਐਕਚੁਅਲੀ ਇੱਥੇ ਕਿਉਂਕਿ ਦੁਆਰਕਾ ਜਿਹੜਾ ਉਹ ਭਗਵਾਨ ਕ੍ਰਿਸ਼ਨ ਨਾਲ ਸੰਬੰਧ ਰੱਖਦਾ ਹੈ ਅਤੇ ਬੇਟ ਦੁਆਰਕਾ ਜਿਹੜਾ ਇਹ ਵੀ ਭਗਵਾਨ ਕ੍ਰਿਸ਼ਨ ਦੇ ਨਾਲ ਸੰਬੰਧਿਤ ਹੈ ਅਤੇ ਜਿਹੜੇ ਵੀ ਯਾਤਰੂ ਦੁਆਰਕਾ ਦੀ ਯਾਤਰਾ ਲਈ ਆਉਂਦੇ ਨੇ ਉਹ ਫਿਰ ਬੇਟ ਦੁਆਰਕਾ ਵੀ ਜ਼ਰੂਰ ਆਉਂਦੇ ਨੇ ਅਤੇ ਸਾਡਾ ਇਸ ਬੇਟ ਦੁਆਰਕਾ ਨਾਲ ਸੰਬੰਧ ਜਿਹੜਾ ਹੈ ਉਹ ਭਾਈ ਮੋਹਕਮ ਸਿੰਘ ਜੀ ਕਰਕੇ ਗੁਰੂ ਨਾਨਕ ਸਾਹਿਬ ਜੀ ਕਰਕੇ ਆ ਅਤੇ ਆਹ ਹੁਣ ਇੱਕ ਫੈਰੀ ਜਿਹੜੀ ਹੈ ਉਹ ਆ ਦੇਖੋ ਇਹ ਤਿਆਰ ਹੋ ਰਹੀ ਹੈ ਅਤੇ ਇਸ ਫੈਰੀ 'ਤੇ ਆਪਾਂ ਹੁਣ ਦੂਸਰੇ ਪਾਸੇ ਚੱਲਾਂਗੇ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਇਹ ਸਾਡੇ ਇਹ ਭਾਈ ਲਖਵੀਰ ਸਿੰਘ ਜੀ ਜਿਹੜੇ ਇਸ ਯਾਤਰਾ ਵਿੱਚ ਨਾਲ ਚੱਲ ਰਹੇ ਨੇ ਪਹਿਲਾਂ ਐਜ਼ ਏ ਕੈਮਰਾਮੈਨ ਸੀ ਹੁਣ ਐਂਕਰ ਵੀ ਨੇ ਨਾਲ ਹੀ ਅਤੇ ਇਹ ਨਾਲ ਨਾਲ ਆਪ ਜੀ ਨੂੰ ਦਰਸ਼ਨ ਕਰਾਉਣਗੇ ਜ਼ਰੂਰ ਦਰਸ਼ਨ ਕਰਨ ਆਉਣ ਸੰਗਤਾਂ ਬਹੁਤ ਵਧੀਆ ਸਾਰਾ ਦੇਖ ਰਿਹਾ ਆਈ ਥਿੰਕ ਹਾਂ ਬਿਲਕੁਲ ਇਹਦੇ ਸਾਹਮਣੇ ਸਾਊਦੀ ਅਰੇਬੀਆ ਹੈ ਅਤੇ ਇੱਕ ਪਾਸੇ ਇਹਦੇ ਕਰਾਚੀ ਜਿਹੜਾ ਉਹ ਬਿਲਕੁਲ ਨੇੜੇ ਆ ਕਰਾਚੀ ਦੀ ਜਿਹੜੀ ਬੰਦਰਗਾਹ ਹੈ ਕਰਾਉਣੇ ਆ ਦਰਸ਼ਨ ਤੁਹਾਨੂੰ ਅੱਗੇ ਜੀ ਹੁਣ ਬਸ ਨੇੜੇ ਹੀ ਆਪਾਂ
ਤੁਹਾਨੂੰ ਦਰਸ਼ਨ ਕਰਾਉਣੇ ਆ ਹੁਣੇ ਬੇਟ ਦਵਾਰਕਾ ਦੇ ਜਨਮ ਸਥਾਨ ਭਾਈ ਹੁਕਮ ਸਿੰਘ ਜੀ ਪੰਜ ਪਿਆਰੇ ਅਤੇ ਇਹ ਤੁਹਾਨੂੰ ਤਾਂ ਦਿਖਾ ਰਿਹਾ ਇਮੈਜਿਨ ਇਸ ਗੱਲ ਨੂੰ ਕਰ ਸਕੀਏ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਿੱਖੀ ਦਾ ਬੀਜ ਕਿੱਥੇ ਬੀਜ ਕੇ ਗਏ ਜਿਹੜਾ ਪਿਆਰੇ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਆਨੰਦਪੁਰ ਸਾਹਿਬ ਜਾ ਕੇ ਜਿਹੜਾ ਫਲ ਉਹ ਲੱਗਾ ਉਹ ਆਓ ਕੋਈ ਨਹੀਂ ਚੱਲਦੇ ਹਾਂ ਹੌਲੀ ਹੌਲੀ ਇੱਥੋਂ ਜੇ ਆਪਾਂ ਤੁਰ ਕੇ ਪੈਦਲ ਵੀ ਗੁਰਦੁਆਰਾ ਸਾਹਿਬ ਜਾ ਸਕਦੇ ਹਾਂ 600 ਮੀਟਰ ਲਗਭਗ ਇੱਥੋਂ ਗੁਰਦੁਆਰਾ ਸਾਹਿਬ ਹੈ ਕੋਈ ਸਾਧਨ ਵੀ ਵੈਸੇ ਮਿਲ ਜਾਂਦੇ ਆ ਜੇ ਤੁਸੀਂ ਕਿਸੇ ਸਾਧਨ 'ਤੇ ਜਾਣਾ ਚਾਹੋ ਅਤੇ ਦੂਜਾ ਮੈਂ ਤੁਹਾਨੂੰ ਇੱਕ ਹੋਰ ਇਹ ਗੱਲ ਦੱਸਣੀ ਚਾਹੁੰਦਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਦੇਖਿਆ ਹੋਣਾ ਕਿ ਫੈਰੀ ਦੇ ਉੱਪਰ ਬਹੁਤ ਜ਼ਿਆਦਾ ਭੀੜ ਸੀ ਬਹੁਤ ਜ਼ਿਆਦਾ ਲੋਕ ਇਸ ਪਾਸੇ ਆ ਰਹੇ ਨੇ ਅਸਲ ਵਿੱਚ ਦੁਆਰਕਾਧੀਸ਼ ਕ੍ਰਿਸ਼ਨ ਦਾ ਮੰਦਰ ਹੈ ਕ੍ਰਿਸ਼ਨ ਜੀ ਦਾ ਮੰਨਿਆ ਜਾਂਦਾ ਹੈ ਕਿ ਇੱਥੇ ਜਿਹੜਾ ਬੇਟ ਦੁਆਰਕਾ ਇੱਥੇ ਕ੍ਰਿਸ਼ਨ ਜੀ ਦਾ ਘਰ ਸੀ ਅਤੇ ਉੱਥੇ ਉਹ ਆਪਣਾ ਰਾਜ ਚਲਾਉਂਦੇ ਸਨ ਅਤੇ ਇੱਕ ਮੰਦਰ ਜਿਹੜਾ ਉਹ ਭਗਵਾਨ ਕ੍ਰਿਸ਼ਨ ਦਾ ਉਹ ਇੱਥੇ ਵੀ ਹੈ ਜਿਹਦੇ ਦਰਸ਼ਨ ਕਰਨ ਲਈ ਇਹ ਲੋਕ ਆਉਂਦੇ ਨੇ ਅਤੇ ਸ਼ਾਮ ਨੂੰ ਫਿਰ ਵਾਪਸ ਚਲੇ ਜਾਂਦੇ ਨੇ ਦਰਸ਼ਨ ਕਰਕੇ ਅਤੇ ਬਹੁਤ ਨੇੜੇ ਆ ਇੱਥੋਂ ਮੰਦਰ ਵੀ ਹੋ ਸਕਿਆ ਅਤੇ ਉਹ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਜੀ ਆਓ ਹੁਣ ਗੁਰਦੁਆਰਾ ਸਾਹਿਬ ਵੱਲ ਚੱਲਦੇ ਹਾਂ ਜੀ ਹਾਂਜੀ ਆ ਦੇਖੋ ਜੀ ਇਸ ਪਾਸੇ ਆ ਮੰਦਰ ਹੈ ਜੀ ਭਗਵਾਨ ਕ੍ਰਿਸ਼ਨ ਦਾ ਜਿਹੜਾ ਇੱਥੇ ਬੇਟ ਦੁਆਰਕਾ ਜੀ ਦੇ ਦਰਸ਼ਨ ਕਰਨ ਲਈ ਆਉਂਦੇ ਨੇ ਆਹ ਜਿਹੜਾ ਸਿੱਧਾ ਰਾਹ ਦੂਸਰੇ ਪਾਸੇ ਗੁਰਦੁਆਰਾ ਸਾਹਿਬ ਨੂੰ ਜਾਂਦਾ ਹੈ ਅਤੇ ਆਹ ਦੇਖੋ ਇੱਥੇ ਤੁਹਾਨੂੰ ਸਾਧਨ ਵੀ ਮਿਲ ਜਾਣਗੇ ਜੇ ਤੁਸੀਂ ਕਿਸੇ ਸਾਧਨ 'ਤੇ ਗੁਰਦੁਆਰਾ ਸਾਹਿਬ ਜਾਣਾ ਚਾਹੁੰਦੇ ਹੋ ਅਤੇ ਜੇ ਤੁਸੀਂ ਪੈਦਲ ਵੀ ਜਾਣਾ ਚਾਹੁੰਦੇ ਹੋ ਤਾਂ ਸਿਰਫ 5 ਤੋਂ 7 ਮਿੰਟ ਦਾ ਜਿਹੜਾ ਉਹ ਪੈਦਲ ਰਸਤਾ ਹੈ ਅਤੇ ਅਸੀਂ ਤੁਹਾਨੂੰ ਜਿਹੜਾ ਉਹ ਪੈਦਲ ਰਸਤਾ ਹੀ ਦਿਖਾਉਂਦੇ ਹਾਂ ਜੀ ਅਤੇ ਕੁਛ ਪੁਰਾਣੇ ਘਰ ਜਿਹੜੇ ਨੇ ਉਹ ਇੱਥੇ ਅਜੇ ਵੀ ਨੇ ਅਤੇ ਕਾਫੀ ਕੁਝ ਡਿਵੈਲਪਮੈਂਟ ਵੀ ਜਿਹੜੀ ਉਹ ਹੋ ਰਹੀ ਹੈ ਅਤੇ ਕਿਉਂਕਿ ਇੱਕ ਟਾਪੂ ਹੋਏ ਅਤੇ ਟਾਪੂ ਹੋਣ ਕਰਕੇ ਫਿਰ ਸਿਰਫ ਇੱਥੇ ਟੂਰਿਜ਼ਮ ਹੀ ਜਿਹੜੇ ਟੂਰਿਸਟ ਨੇ ਉਹ ਹੀ ਆਉਂਦੇ ਨੇ ਅਤੇ ਟੂਰਿਜ਼ਮ ਦੇ ਨਾਲ ਹੀ ਹੈ ਜਿਹੜਾ ਟਾਪੂ ਇਹਦਾ ਜਿਹੜਾ ਖਰਚਾ ਹੈ ਉਹ ਚੱਲਦਾ ਹੈ ਆ ਦੇਖੋ ਦਿਖਾ ਰਹੇ ਹਾਂ ਤੁਹਾਨੂੰ ਆਪਾਂ ਉਸੇ ਰਸਤੇ 'ਤੇ ਚੱਲਦੇ ਹੋ ਜਿਹੜਾ ਗੁਰਦੁਆਰਾ ਸਾਹਿਬ ਵੱਲ ਜਾ ਰਿਹਾ ਹੈ ਗਲੀਆਂ ਬਹੁਤ ਵਧੀਆ ਬਣੀਆਂ ਹੋਈਆਂ ਨੇ ਪੱਕੀਆਂ ਗਲੀਆਂ ਨੇ ਮੈਂ ਦੱਸ ਰਿਹਾ ਸੀ ਕੁਛ ਜਿਹੜੇ ਪੁਰਾਣੇ ਮਕਾਨ ਆ ਦੇਖੋ ਅਜੇ ਵੀ ਇੱਥੇ ਮੌਜੂਦ ਨੇ ਉਹ ਆਓ ਜੀ ਦੇਖੋ ਕਿੰਨੀ ਸ਼ਾਂਤੀ ਹੈ ਇੱਥੇ ਕਿੰਨਾ ਆਨੰਦ ਹੈ ਅਤੇ ਇਸ ਟਾਪੂ ਦੇ ਉੱਪਰ ਭਾਈ ਮੋਹਕਮ ਸਿੰਘ ਜੀ ਦਾ ਜਿਹੜਾ ਪਰਿਵਾਰ ਉਹ ਰਹਿੰਦਾ ਸੀ ਅਤੇ ਇਸੇ ਟਾਪੂ 'ਤੇ ਆ ਕੇ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਦੀਦਾਰ ਬਖਸ਼ੇ ਆਪਣੇ ਸਿੱਖ ਬਣੇ ਉਹ ਗੁਰੂ ਨਾਨਕ ਸਾਹਿਬ ਦੇ ਘਰ ਦੇ ਦੇਖੋ ਕਾਫੀ ਵੱਡਾ ਟਾਪੂ ਹੈ ਜੀ ਇਹ ਲਗਭਗ ਦੱਸਿਆ ਜਾ ਰਿਹਾ ਹੈ ਕਿ 5 ਕਿਲੋਮੀਟਰ ਦੇ ਏਰੀਏ ਵਿੱਚ ਟਾਪੂ ਹੈ ਅਤੇ ਆਬਾਦੀ ਵੀ ਇਹਦੀ ਕਾਫੀ ਹੈ ਜਿਵੇਂ ਜਾਣਕਾਰੀ ਮਿਲੇਗੀ ਉਹ ਤੁਹਾਨੂੰ ਆਪਾਂ ਜ਼ਰੂਰ ਦੇਵਾਂਗੇ ਜੀ ਦੇਖੋ ਕੁਛ ਪੁਰਾਣੇ ਖੂਹ ਵੀ ਇੱਥੇ ਮੌਜੂਦ ਨੇ ਅਜੇ ਵੀ ਲਓ ਜੀ ਚਲਦੇ ਚਲਦੇ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਹਾਂ
ਤੇ ਸਾਨੂੰ ਕੁੱਲ 11 ਮਿੰਟ ਲੱਗੇ ਨੇ ਜੀ ਆਉਣ ਦੇ, ਇੱਥੇ ਪੈਦਲ ਚੱਲ ਕੇ ਆਇਆ, ਕੁੱਲ 11 ਮਿੰਟ ਸਾਨੂੰ ਲੱਗੇ ਨੇ। ਤੇ ਕਾਰ ਸੇਵਾ ਜਿਹੜੀ ਉਹ ਨਿਰੰਤਰ ਲਗਾਤਾਰ ਚੱਲ ਰਹੀ ਹੈ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਹਾਂ ਜੀ, ਅਤੇ ਤੁਸੀਂ ਦਰਸ਼ਨ ਕੀਤੇ ਕਿਵੇਂ ਕਿਵੇਂ ਆਪਾਂ ਚੱਲ ਕੇ ਅਤੇ ਫੈਰੀ ਦੇ ਵਿੱਚ ਦੀ ਹੋ ਕੇ ਗੁਰਦੁਆਰਾ ਸਾਹਿਬ ਪਹੁੰਚੇ। ਕੁੱਲ 11 ਮਿੰਟ ਆਪਾਂ ਨੂੰ ਲੱਗੇ ਸੀ ਪੈਦਲ ਆਉਂਦੇ ਹਾਂ ਫੈਰੀ 'ਤੇ ਉਤਰਨ ਤੋਂ ਬਾਅਦ। ਇਹ ਤੁਸੀਂ ਗੁਰਦੁਆਰਾ ਸਾਹਿਬ ਪਿੱਛੇ ਦੇਖ ਰਹੇ ਹੋ, ਇਹ ਜਨਮ ਅਸਥਾਨ ਭਾਈ ਮੋਕਮ ਸਿੰਘ ਜੀ ਹੈ। ਗੁਰੂ ਨਾਨਕ ਸਾਹਿਬ ਨੇ ਇੱਥੇ ਹੀ ਚਰਨ ਪਾਏ ਸੀ, ਇੱਥੇ ਜਾ ਕੇ ਬਰਾਜੇ ਸੀ। ਇੱਥੇ ਭਾਈ ਮੋਕਮ ਸਿੰਘ ਜੀ ਦਾ ਘਰ ਸੀ, ਜੱਦੀ ਘਰ। ਅਤੇ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਫੈਕਟ ਇਹਦੇ ਬਾਰੇ ਜ਼ਰੂਰ ਦੱਸਾਂਗਾ ਕਿ ਜਦੋਂ ਇੱਥੇ ਗੁਜਰਾਤ ਦੇ ਵਿੱਚ ਸ਼ਹਿਰ ਹੈ ਰਾਜਕੋਟ, ਅਤੇ ਉੱਥੋਂ ਉਜਾਗਰ ਸਿੰਘ ਜੀ ਜਦੋਂ ਇੱਥੇ ਆਏ ਸਨ 1998 ਦੇ ਕਰੀਬ ਦੇ ਵਿੱਚ, ਅਤੇ ਇਹ ਘਰ ਲੱਭਣਾ ਥੋੜ੍ਹਾ ਜਿਹਾ ਮੁਸ਼ਕਿਲ ਸੀ, ਅਤੇ ਜਦੋਂ ਉਹਨਾਂ ਨੇ ਇੱਥੋਂ ਦਾ ਬੇਟ ਦੁਆਰਕਾ ਦਾ ਨਕਸ਼ਾ ਵੇਖਿਆ, ਅਤੇ ਇਹ ਜਿਹੜਾ ਘਰ ਹੈ ਜਿਹੜਾ ਤੁਸੀਂ ਪਿੱਛੇ ਹੁਣ ਗੁਰਦੁਆਰਾ ਸਾਹਿਬ ਦੇਖ ਰਹੇ ਹੋ, ਘਰ ਵੀ ਘਰ ਦੇ ਦਰਸ਼ਨ ਵੀ ਤੁਹਾਨੂੰ ਕਰਾਵਾਂਗੇ, ਇਹ ਘਰ ਨਾਨਕਸ਼ਾਹੀ ਲਿਖਿਆ ਹੈ। ਫਿਰ ਮੈਂ ਦੁਬਾਰਾ ਤੁਹਾਨੂੰ ਦੱਸਾਂ ਕਿ ਘਰ ਦਾ ਨਾਮ ਜਿਹੜਾ ਉਹ ਨਾਨਕਸ਼ਾਹੀ ਇੱਥੇ ਲਿਖਿਆ ਹੈ। ਨਾਨਕਸ਼ਾਹੀ ਦਾ ਮਤਲਬ ਇਹ ਕਿ ਇਸ ਨਕਸ਼ੇ ਦੇ ਵਿੱਚ ਕਿ ਇਹ ਗੁਰੂ ਨਾਨਕ ਸਾਹਿਬ ਦਾ ਘਰ, ਇੱਥੇ ਗੁਰੂ ਨਾਨਕ ਸਾਹਿਬ ਰਹਿ ਕੇ ਗਏ। ਜਾਂ ਦੂਜੇ ਸ਼ਬਦਾਂ ਵਿੱਚ ਮੈਂ ਇਹ ਵੀ ਕਹਾਂ ਕਿ ਇਹ ਵੀ ਪੋਸੀਬਲ ਹੋ ਸਕਦਾ ਹੈ ਕਿ ਭਾਈ ਮੋਕਮ ਸਿੰਘ ਜਾਣ ਤੋਂ ਪਹਿਲਾਂ ਉਹਨਾਂ ਦੇ ਪਰਿਵਾਰ ਨੇ ਇਹ ਜਿਹੜਾ ਘਰ ਹੈ ਇਹ ਗੁਰੂ ਨਾਨਕ ਸਾਹਿਬ ਦੇ ਨਾਮ 'ਤੇ ਕਰ ਦਿੱਤਾ। ਇਹਦੀ ਰਜਿਸਟਰੀ ਜਿਹੜੀ ਉਹ ਗੁਰੂ ਨਾਨਕ ਸਾਹਿਬ ਦੇ ਨਾਮ 'ਤੇ ਆ, ਅਤੇ ਉਹ ਰਜਿਸਟਰੀ ਦੀ ਫੋਟੋ ਵੀ ਅਸੀਂ ਤੁਹਾਨੂੰ ਨਾਲ ਜਿਹੜੀ ਉਹ ਸ਼ੋਅ ਕਰ ਦੇਵਾਂਗੇ। ਅਤੇ ਆਪਾਂ ਹੁਣ ਤੁਹਾਨੂੰ ਗੁਰਦੁਆਰੇ ਸਾਹਿਬ ਦੇ ਅੰਦਰਲੇ ਜਿਹੜੇ ਨੇ ਉਹ ਦਰਸ਼ਨ ਕਰਵਾਉਂਦੇ ਹਾਂ ਜੀ। ਆਓ ਅੰਦਰ ਨੂੰ ਚੱਲਦੇ ਹਾਂ ਆਪਾਂ। ਇਹ ਆਪਾਂ ਹੁਣ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਰਹੇ ਹਾਂ ਜੀ। ਕੰਸਟਰਕਸ਼ਨ ਜਿਹੜੀ ਹੈ ਉਹ ਚੱਲ ਰਹੀ ਹੈ। ਕੁਝ ਕਮਰੇ ਜਿਹੜੇ ਨੇ ਰਿਹਾਇਸ਼ ਦੇ ਵਾਸਤੇ, ਜਿਹੜੀ ਸੰਗਤ ਆ ਰਹੀ ਹੈ, ਲਗਾਤਾਰ ਨਿਰੰਤਰ ਵਾਧਾ ਹੁੰਦਾ ਜਾ ਰਿਹਾ, ਉਹਨਾਂ ਦੇ ਵਾਸਤੇ ਇਹ ਕਮਰੇ ਜਿਹੜੇ ਨੇ ਉਹ ਬਣਾਏ ਜਾ ਰਹੇ ਨੇ। ਅਤੇ ਇਹ ਵੀ ਮੈਂ ਤੁਹਾਨੂੰ ਦੱਸ ਦਿਆਂ ਕਿ ਆਲਰੇਡੀ ਪਹਿਲਾਂ ਵੀ ਕਾਫੀ ਕਮਰੇ ਜਿਹੜੇ ਨੇ ਉਹ ਇੱਥੇ ਬਣੇ ਹੋਏ ਨੇ। ਸਰਾਵਾਂ ਦੋ ਪਹਿਲਾਂ ਹੀ ਇੱਥੇ ਹਨ ਜਿਨ੍ਹਾਂ ਵਿੱਚ ਸੰਗਤ ਆ ਕੇ ਰੁਕਦੀ ਹੈ। ਹਰ ਸਾਲ ਇੱਥੇ ਮਾਰਚ ਦੇ 2nd ਸੰਡੇ ਨੂੰ ਬਹੁਤ ਵੱਡਾ ਸਮਾਗਮ ਰੱਖਿਆ ਜਾਂਦਾ, ਜਿਹਦੇ ਵਿੱਚ ਗੁਜਰਾਤ ਤਾਂ ਹੈ ਹੀ ਹੈ, ਪੰਜਾਬ ਦੀਆਂ ਸੰਗਤਾਂ ਵੀ ਜਿਹੜੀਆਂ ਨੇ ਉਹ ਬੜੀ ਵੱਡੀ ਗਿਣਤੀ ਵਿੱਚ ਉੱਥੇ ਆਉਂਦੀਆਂ ਨੇ। ਆ ਜੋ ਖੱਬੇ ਹੱਥ ਜੋ ਮੈਂ ਦਿਖਾ ਰਿਹਾ, ਇਹ ਸਰਾਵਾਂ ਦੋ ਨੇ ਅਤੇ ਇਹ ਆਲਰੇਡੀ ਪਹਿਲਾਂ ਬਣੀਆਂ ਨੇ। ਬਹੁਤ ਸੋਹਣੇ ਕਮਰੇ ਨੇ ਸੰਗਤ ਦੀ ਰਿਹਾਇਸ਼ ਦੇ ਵਾਸਤੇ। ਹਾਂਜੀ, ਬਹੁਤ ਸੋਹਣੀ ਗੁਰਦੁਆਰਾ ਸਾਹਿਬ ਦੀ ਇਮਾਰਤ ਜਿਹੜੀ ਉਹ ਬਣੀ ਹੋਈ ਹੈ। ਅਤੇ ਬਾਬਾ ਲੱਖਾ ਸਿੰਘ ਜੀ ਜਿਹੜੇ ਕੋਟੇ ਵਾਲੇ ਕਾਰ ਸੇਵਾ ਵਾਲੇ ਨੇ, ਉਹ ਇਹਦੀ ਸੇਵਾ ਕਰਵਾ ਰਹੇ ਨੇ। ਇਹ ਸਾਰੀ ਸੇਵਾ ਪਹਿਲਾਂ ਵੀ ਉਹਨਾਂ ਨੇ ਕਰਵਾਈ ਹੈ, ਅਤੇ ਇਹ ਨਹੀਂ ਕਿ ਜੋ ਪਹਿਲਾਂ ਇੱਥੇ ਮੌਜੂਦ ਸੀ ਉਹਨੂੰ ਢਾਹ ਦਿੱਤਾ ਗਿਆ, ਇਹ ਇੱਥੇ ਨਹੀਂ ਕੀਤਾ ਗਿਆ। ਜੋ ਭਾਈ ਮੋਕਮ ਸਿੰਘ ਜੀ ਦਾ ਘਰ ਇੱਥੇ ਪਹਿਲਾਂ ਮੌਜੂਦ ਸੀ, ਜਾਂ ਜਦੋਂ ਇਹ ਆਏ ਆ, ਜੋ ਕੁਝ ਵੀ ਇਹਨਾਂ ਨੂੰ ਇੱਥੇ ਮਿਲਿਆ, ਉਹਨੂੰ ਉਸੇ ਤਰ੍ਹਾਂ ਹੀ ਜਿਹੜਾ ਉਹ ਰੱਖਿਆ ਵੀ ਗਿਆ, ਬਿਲਕੁਲ ਉਸੇ ਤਰ੍ਹਾਂ ਹੀ। ਉਹਦੇ ਦਰਸ਼ਨ ਵੀ ਤੁਹਾਨੂੰ ਕਰਾਵਾਂਗੇ, ਪਰ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਜਿਹੜੇ ਦਰਸ਼ਨ ਨੇ ਉਹ ਕਰਦੇ ਹਾਂ ਜੀ। ਬਹੁਤ ਖੁੱਲ੍ਹੀ ਜਗ੍ਹਾ ਹੈ ਜੀ ਗੁਰਦੁਆਰਾ ਸਾਹਿਬ ਦੇ ਕੋਲ। ਉਹ ਸਾਹਮਣਾ ਗੇਟ ਜਿੱਥੋਂ ਆਪਾਂ ਮੇਨ ਐਂਟਰੈਂਸ ਹੈ, ਐਂਟਰੀ ਕਰਦੇ ਹਾਂ। ਆਹ ਦੋ ਸਰਾਵਾਂ ਜਿਹੜੀਆਂ ਮੈਂ ਤੁਹਾਨੂੰ ਦੱਸ ਚੁੱਕਿਆ ਪਹਿਲਾਂ ਬਣੀਆਂ ਹੋਈਆਂ ਨੇ। ਇਹ ਗੁਰਦੁਆਰਾ ਸਾਹਿਬ ਆਪਾਂ ਹੁਣ ਜਾ ਰਹੇ ਹਾਂ ਜੀ ਉੱਪਰ ਦਰਸ਼ਨ ਕਰਨ ਦੇ ਵਾਸਤੇ। ਬਹੁਤ ਸੋਹਣਾ ਦਰਬਾਰ ਹਾਲ ਜਿਹੜਾ ਉਹ ਇੱਥੇ ਬਣਿਆ ਹੋਇਆ ਹੈ ਸੰਗਤਾਂ ਦੇ ਬੈਠਣ ਦੇ ਵਾਸਤੇ। ਅੰਮ੍ਰਿਤ ਵੇਲੇ ਦੇ ਪ੍ਰਕਾਸ਼, ਨਿਤਨੇਮ, ਗੁਰੂ ਮਰਿਆਦਾ ਜਿਹੜੀ ਉਹ ਬਿਲਕੁਲ ਇੱਥੇ ਪੂਰੀ ਹੈ।
ਤੇਰੇ ਬੰਦੇ ਲੋਇਣ ਦੰਦ ਰਸਾਲਾ ਸੋਹਣੇ ਨੱਕ ਜਿਨ ਲੰਬੜੇ ਵਾਲਾ ਇਹ ਨਵੇਂ ਹਾਲ ਦੀ ਜੋ ਕੰਸਟਰਕਸ਼ਨ ਹੈ ਉਹ ਚੱਲ ਰਹੀ ਹੈ। ਨਵਾਂ ਮਤਲਬ ਦੀਵਾਨ ਹਾਲ, ਉਹਦੀ ਕੰਸਟਰਕਸ਼ਨ ਦਾ ਕੰਮ ਬੜੇ ਜ਼ੋਰਾਂ ਨਾਲ ਚੱਲ ਰਿਹਾ ਹੈ। ਤੁਹਾਨੂੰ ਸਾਰਾ ਵਿਊ ਜਿਹੜਾ ਹੈ ਉਹ ਦਿਖਾਉਂਦੇ ਹਾਂ। ਫਿਰ ਇਸ ਤੋਂ ਬਾਅਦ ਭਾਈ ਮੋਕਮ ਸਿੰਘ ਜੀ ਦਾ ਜਿਹੜਾ ਘਰ ਸੀ ਉਹ ਪੁਰਾਣਾ, ਜਿਹੜਾ ਅਜੇ ਤੱਕ ਵੀ ਸਾਂਭ ਕੇ ਰੱਖਿਆ ਗਿਆ ਹੈ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਉਹਦੇ ਦਰਸ਼ਨ ਵੀ ਤੁਹਾਨੂੰ ਜ਼ਰੂਰ ਕਰਾਵਾਂਗੇ। ਆ ਜੋ ਕੰਸਟਰਕਸ਼ਨ ਚੱਲ ਰਹੀ ਹੈ, ਇਹ ਵਿਊ ਹੈ ਜੀ ਇੱਥੋਂ ਗੁਰਦੁਆਰੇ ਸਾਹਿਬ ਤੋਂ ਉੱਪਰ ਦਾ। ਤੇ ਮੈਂ ਦੇਖਦਾ ਕਲੋਜ਼ ਕਰਕੇ, ਉਹ ਸਾਹਮਣੇ ਸਮੁੰਦਰ ਜਿਹੜਾ ਉਹ ਨਜ਼ਰ ਆ ਰਿਹਾ। ਆਹ ਦੇਖੋ, ਇਹ ਸਮੁੰਦਰ ਹੈ ਜੀ, ਉਹ ਪਰਲੇ ਪਾਸੇ ਦੂਸਰਾ ਹਿੱਸਾ ਹੈ। ਇਹ ਆਪਾਂ ਟਾਪੂ ਦੇ ਉੱਪਰ ਹਾਂ ਜਿਹੜਾ ਆਪਾਂ ਫੈਰੀ 'ਤੇ ਹੋ ਕੇ ਆਏ ਹਾਂ ਜੀ। ਹਾਂਜੀ, ਹੁਣ ਅਸੀਂ ਉੱਥੇ ਆ ਗਏ ਹਾਂ ਜੋ ਇਹ ਢਾਂਚਾ ਇੱਥੇ ਪਹਿਲਾਂ ਮਿਲਿਆ ਸੀ ਜਦੋਂ ਇਸ ਜਗ੍ਹਾ ਨੂੰ ਆ ਕੇ ਖੋਜਿਆ ਗਿਆ। ਅਤੇ ਇਹ ਢਾਂਚਾ ਇਕੱਲਾ ਸੀ ਉਦੋਂ ਇੱਥੇ, ਜਿਹਨੂੰ ਕਿਹਾ ਗਿਆ ਕਿ ਭਾਈ ਮੋਕਮ ਸਿੰਘ ਜੀ ਦਾ ਘਰ। ਇਹਨੂੰ ਥੋੜ੍ਹਾ ਜਿਹਾ ਰੀਬਿਲਡ ਕੀਤਾ ਗਿਆ, ਜਾਂ ਇਹ ਕਈ ਕਿਹਾ ਜਾਏ ਕਿ ਇਹਨੂੰ ਨਵਾਂ ਥੋੜ੍ਹਾ ਜਿਹਾ ਰੂਪ ਤਾਂ ਦੇਣਾ ਪਿਆ ਕਿਉਂਕਿ ਕੰਧਾਂ ਵੀ ਡਿੱਗਣ ਵਾਲੀਆਂ ਸਨ ਅਤੇ ਛੱਤ ਜਿਹੜੀ ਉਹ ਬਿਲਕੁਲ ਡਿੱਗੀ ਹੋਈ ਸੀ ਇਹਦੀ। ਇਸ ਕਰਕੇ ਇਹ ਦੁਬਾਰਾ ਥੋੜ੍ਹਾ ਜਿਹਾ ਕਰਨਾ ਪਿਆ। ਉਹ ਤੁਹਾਨੂੰ ਇੱਕ ਕਮਰਾ ਵੀ ਅੰਦਰੋਂ ਦਿਖਾਉਣੇ ਆਪਾਂ। ਇਹ ਬਿਲਕੁਲ ਇਸੇ ਤਰ੍ਹਾਂ ਦਾ ਹੀ ਸੀ ਕਿਉਂਕਿ ਕੰਧਾਂ ਡਿੱਗ ਰਹੀਆਂ ਸਨ, ਥੱਲਿਓਂ ਕੱਚਾ ਸੀ, ਇਸ ਕਰਕੇ ਫਿਰ ਇਹ ਫਰਸ਼ ਪਾ ਦਿੱਤੀ ਗਈ ਅਤੇ ਉੱਪਰ ਛੱਤ ਡਿੱਗੀ ਸੀ ਅਤੇ ਟੀਨ ਦੀ ਛੱਤ ਉੱਪਰ ਪਾ ਦਿੱਤੀ ਗਈ ਹੈ ਇਹਦੇ। ਆ ਦੇਖੋ ਜੀ, ਇਹ ਇਸੇ ਤਰ੍ਹਾਂ ਹੀ ਜਿਹੜਾ ਇਹ ਢਾਂਚਾ ਇਹ ਮਿਲਿਆ ਸੀ ਇਸੇ ਤਰ੍ਹਾਂ ਹੀ। ਅਤੇ ਫਿਰ ਮੈਂ ਇਹਦੇ ਬਾਰੇ ਤੁਹਾਨੂੰ ਦੱਸ ਦਿਆਂ ਕਿ ਇੱਥੋਂ ਦੇ ਨਕਸ਼ੇ ਦੇ ਵਿੱਚ ਜੋ ਇਹ ਨਾ, ਉਹ ਇਸ ਥਾਂ ਨੂੰ ਨਾਨਕਸ਼ਾਹੀ ਦਾ ਘਰ ਕਰਕੇ ਲਿਖਿਆ ਹੈ। ਵੀ ਇਹ ਘਰ ਕੀ ਦਾ, ਇਹ ਨਾਨਕਸ਼ਾਹੀ ਦਾ ਘਰ ਹੈ। ਇਹ ਲੰਗਰ ਹਾਲ ਜਿਹੜਾ ਪਹਿਲਾਂ ਹੀ ਬਣਿਆ ਸੀ, ਆਹ ਦਿਖਾਉਂਦੇ ਹਾਂ ਦਰਸ਼ਨ ਇਹਦੇ ਵੀ ਕਰਾਉਂਦੇ ਹਾਂ ਤੁਹਾਨੂੰ। ਆਹ ਦੇਖੋ ਜੀ, ਇੱਥੇ ਲੰਗਰਾਂ ਦੀਆਂ ਸੇਵਾਵਾਂ ਜਿਹੜੀਆਂ ਹੁੰਦੀਆਂ ਨੇ ਅਤੇ ਸਟਾਫ ਜ਼ਿਆਦਾ ਨਹੀਂ ਹੁੰਦਾ ਇੱਥੇ। ਵਾਹਿਗੁਰੂ ਜੀ ਕੀ ਫਤਿਹ। ਇਹ ਇੱਥੋਂ ਦੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਨੇ ਜੀ, ਅਤੇ ਤੁਸੀਂ ਵੇਖੋ ਵੀ ਇਹ ਲੰਗਰ ਦੀ ਸੇਵਾ ਵੀ ਆਪ ਹੀ ਨਾਲ ਕਰ ਰਹੇ ਨੇ। ਆਈ ਗਈ ਸੰਗਤ ਜਿਹੜੀ ਉਹਦੀ ਪ੍ਰਸ਼ਾਦੇ ਪਾਣੀ ਨਾਲ ਸੇਵਾ ਕਰਦੇ ਨੇ, ਆਹ ਸਾਡੇ ਬਾਪੂ ਜੀ ਨੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਸ਼ਾਦਾ ਛਕਾਉਂਦੇ ਨੇ, ਬੜਾ ਆਨੰਦ ਵਾਲਾ ਜੀ ਇਹ। ਆਹ ਦੇਖੋ ਜੀ, ਹੁਣ ਵੀ ਲੰਗਰ ਪੱਕ ਰਹੇ ਨੇ ਅਤੇ ਲੰਗਰ ਇੱਥੇ ਹਮੇਸ਼ਾ ਚੱਲਦਾ ਜੀ। ਆਈਆਂ ਸੰਗਤਾਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਜਾਂਦਾ ਹੈ। ਰਹਿਣ ਦਾ ਪ੍ਰਬੰਧ ਜਿਹੜਾ ਉਹ ਤੁਹਾਨੂੰ ਦਿਖਾ ਚੁੱਕੇ ਹਾਂ ਆਪਾਂ ਪਹਿਲਾਂ ਹੀ। ਹਾਂਜੀ, ਹੁਣ ਅਸੀਂ ਆਪ ਜੀ ਨੂੰ ਉੱਥੇ ਲੈ ਕੇ ਚੱਲੇ ਹਾਂ, ਉਸ ਤਲਾਬ ਦੇ ਦਰਸ਼ਨ ਕਰਾਉਣ ਜਾ ਰਹੇ ਹਾਂ ਜਿੱਥੇ ਗੁਰੂ ਨਾਨਕ ਸਾਹਿਬ ਜੀ ਆ ਕੇ ਸਭ ਤੋਂ ਪਹਿਲਾਂ ਬੈਠੇ ਸੀ। ਇਸ ਤਲਾਬ ਨੂੰ ਸੰਖ ਤਲਾਬ ਵੀ ਕਹਿੰਦੇ ਨੇ ਅਤੇ ਇਤਿਹਾਸ ਵਿੱਚ ਇਹਨੂੰ ਕਵੀ ਸੰਤੋਖ ਸਿੰਘ ਜੀ ਨੇ ਮੰਖ ਤਲਾਬ ਕਰਕੇ ਲਿਖਿਆ ਹੈ। ਸੰਖ ਜਾਂ ਮੰਖ, ਇਹਦਾ ਸੰਬੰਧ ਜਿਹੜਾ ਹੈ ਉਹ ਮੰਖਾਸੁਰ ਰਾਕਸ਼ਸ ਦੇ ਨਾਲ ਵੀ ਕੀਤਾ ਜਾਂਦਾ ਇਹਦਾ। ਅਤੇ ਇਸ ਤਲਾਬ ਦੇ ਕੰਢੇ 'ਤੇ ਆ ਕੇ ਗੁਰੂ ਸਾਹਿਬ ਬੈਠੇ ਸਨ। ਮੈਂ ਤੁਹਾਨੂੰ ਇਸ ਥੋੜ੍ਹਾ ਜਿਹਾ ਐਂਗਲ ਤੋਂ ਇਹ ਦਿਖਾਵਾਂ ਅਤੇ ਕਿਉਂਕਿ ਐਂਟਰੀ ਉਹ ਇਸ ਪਾਸਿਓਂ ਸੀ ਤਲਾਬ ਵਾਲੇ ਪਾਸਿਓਂ ਅਤੇ ਆਹ ਭਾਈ ਮੋਕਮ ਸਿੰਘ ਜੀ ਦਾ ਘਰ ਸੀ ਇੱਦਾਂ, ਅਤੇ ਇੱਧਰ ਮੰਦਰ ਹੋਣ ਕਰਕੇ ਐਂਟਰੀ ਪੋਸੀਬਲ ਨਹੀਂ ਸੀ। ਇਸ ਕਰਕੇ ਦੂਜੇ ਪਾਸਿਓਂ ਜਿਹੜੀ ਉਹ ਐਂਟਰੀ ਜਿਹੜਾ ਮੇਨ ਰਸਤਾ ਹੈ ਉਹ ਫਿਰ ਗੁਰਦੁਆਰੇ ਸਾਹਿਬ ਨੂੰ ਦਿੱਤਾ ਗਿਆ ਕਿਉਂਕਿ ਇੱਧਰ ਇਹ ਮੰਦਰ ਹੈ ਅਤੇ ਇਹ ਤਲਾਬ ਮੰਦਰ ਦਾ ਸੀ। ਹੁਣ ਮੈਂ ਤੁਹਾਡੇ ਹੀ ਗੱਲਬਾਤ ਕਰਾਵਾਂਗਾ ਜੋ ਇੱਥੇ ਗੁਰਦੁਆਰੇ ਸਾਹਿਬ ਵਿੱਚ ਸੇਵਾ ਕਰ ਰਹੇ ਨੇ।
आइए प्लीज आप जरा इस तरह। टापू भाई इनका नाम है और ये थोड़ा सा इस तालाब के बारे में आपको जानकारी देंगे। यहाँ प्लीज यहाँ सामने आ जाइए आप हमें इस तालाब के बारे में बताइए जी। ये तालाब जो शंखासुर नाम का राक्षस था ना, वो जरार वेद लेके इसमें भाग के यहाँ घुस गया था। बाद में भगवान ने वहाँ ये उसको मच्छी रूप लिया तो भगवान कृष्ण ने ये मच्छा अवतार धारण किया था, तो उसको ढूंढा इसमें, ढूंढ के उसको ये जैसे बाहर निकाल के इसे बोलते हैं लोग कि प्रभु मने तुम मारना के उसका मेरे को कोई संकोच नहीं है, पर मेरा इतिहास में नाम रहना चाहिए। तो जो कृष्ण भगवान की के हनुमान जी मंदिर की गुरु महाराज की यहाँ यात्रा पे आएंगे, ये संघ तालाब में नहाएंगे, उसकी यात्रा उसकी सफर होगी। बस इतना इतिहास की मेरे को पता है, बाकी जाचा को मैं पढ़ा लिखा। इन्हां दे कहन दे मुताबिक जिहड़ा ये तालाब है, ये शंखासुर जिहड़ा राक्षस सी वो जदों वेद चोरी करके वो दौड़िया तो कहिंदे इत्थे आके छुपिया सी ते मच्छी दा रूप बन के, ते जदों फिर 24 अवतार दे विच जिहड़ा मच्छ अवतार है वो कहिंदे इत्थे ही वो मच्छ अवतार ने आके उहनूं पकड़िया सी, इस जगह ते छुपिया बड़ा सी, लुकिया सी। खैर इहदा नाम तालाब दा जिहड़ा है वो मंख तालाब या शंख तालाब भी इहनूं कहा जांदा है। इत्थे आके गुरु नानक साहब सब तो पहला बैठे सन, विराजे सन, ते क्योंकि ये बिल्कुल भाई साहब जी दे भाई मोहकम सिंह जी दे घर दे नाल लगदा है तालाब बिल्कुल, ते इत्थों ही फिर अगे वो भाई मोहकम सिंह जी दे घर गुरु नानक साहब जी ने प्रवेश किया आ रस्ता है, ते अगे गुरु नानक साहब दियां रहमतां फिर इस घर दे उपर जिहड़ियां बेअंत होईआं। इत्थे मैं तुहानूं इक जानकारी होर इह भी दवांगा कि इस स्थान ते गुरु नानक साहब तो बाद बाबा श्री चंद जी भी आए ने, इतिहास इस गल की गवाही भरता है। तो बाबा श्री चंद जी का इत्थे अस्थान भी बनया होया है बेट द्वारका दे उत्ते, वो कोशिश करते हैं वो भी तुहानूं जरूर दिखावांगे आपां। तो वो जिहड़ा स्थान है कहिंदे बहुत सोहना स्थान, उन्हां दा धूणा इत्थे है बाबा श्री चंद जी का, तो कोशिश करते हैं इत्थे पूरा पता करते हैं, जिवें जिवें आ रहे हैं उवें उवें बड़ा कुछ इत्थों मिल रहा है। ये इस अस्थान की रजिस्ट्री है जिस विच तुसी देख सकते हैं लिखा है नानक शाही का मकान, तो ये थले गुजराती भाषा के विच है रजिस्ट्री जो बाबा जी द्वारा भाई मोहकम सिंह जी के जीवन उपर छपाई गई किताब है, उहदे विच रजिस्ट्री उन्होंने छापी है। सो ये इस अस्थान की रजिस्ट्री है। आओ हुण आपां चलदे हाँ बाबा श्री चंद जी के अस्थान ते, आओ जी। ਚੱਲੇ ਹਾਂ ਬਾਬਾ ਸ਼੍ਰੀ ਚੰਦ ਜੀ ਦੇ ਅਸਥਾਨ ਤੇ। ਆ ਵੇਖੋ ਸਮੁੰਦਰ ਬਿਲਕੁਲ ਨਾਲ ਨਾਲ ਚੱਲ ਰਿਹਾ ਜੀ, ਬਿਲਕੁਲ ਸਮੁੰਦਰ ਨਾਲ ਨਾਲ, ਤੇ ਇਹ ਆਟੋ ਮਿਲ ਜਾਂਦਾ ਹੈ ਇਹ ਸਾਰੇ ਅਸਥਾਨਾਂ ਤੇ ਜਾਣ ਵਾਸਤੇ। ਤੇ ਗੁਰਦੁਆਰੇ ਤੋਂ 5-6 ਕਿਲੋਮੀਟਰ ਹੈ ਜੀ ਬਾਬਾ ਸ਼੍ਰੀ ਚੰਦ ਜੀ ਦਾ ਜਿਹੜਾ ਅਸਥਾਨ ਹੈ, ਤੇ ਆਟੋ ਤੇ ਚੱਲੇ ਹਾਂ ਅਸੀਂ, ਤੇ ਉੱਥੇ ਜਾ ਕੇ ਫਿਰ ਆਪ ਜੀ ਨੂੰ ਜਿਹੜੇ ਨੇ ਉਹ ਅਸਥਾਨ ਦੇ ਦਰਸ਼ਨ ਉਹ ਕਰਾਉਣੇ ਆ ਜੀ। ਹਾਂਜੀ ਹੁਣ ਆਪਾਂ ਆ ਗਏ ਹਾਂ ਜੀ ਬਾਬਾ ਸ਼੍ਰੀ ਚੰਦ ਦੇ ਅਸਥਾਨ 'ਤੇ। ਇਹ ਗੁਰਦੁਆਰਾ ਸਾਹਿਬ ਤੋਂ 5-6 ਕਿਲੋਮੀਟਰ ਦੂਰ ਹੈ, ਅਤੇ ਅਸੀਂ ਆ ਆਟੋ ਜਿਹੜਾ ਹੈ ਉਹ ਲੈ ਕੇ ਇੱਥੇ ਆਏ ਹਾਂ। ਅਤੇ ਜਦੋਂ ਬਾਬਾ ਸ਼੍ਰੀ ਚੰਦ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਜਿੱਥੇ ਜਿੱਥੇ ਅਸਥਾਨ ਸਨ ਉਹਨਾਂ ਅਸਥਾਨਾਂ 'ਤੇ ਬਾਬਾ ਸ਼੍ਰੀ ਚੰਦ ਵੀ ਗਏ ਨੇ, ਅਤੇ ਭਾਈ ਮੋਹਕਮ ਸਿੰਘ ਜੀ ਦੇ ਘਰ ਕੁਝ ਸਮਾਂ ਰੁਕਣ ਤੋਂ ਬਾਅਦ ਫਿਰ ਬਾਬਾ ਸ਼੍ਰੀ ਚੰਦ ਜੀ ਨੇ ਇਸ ਥਾਂ 'ਤੇ ਆ ਕੇ, ਬੜਾ ਰਮਣੀਕ ਸਥਾਨ ਇਹ ਵੀ ਸਮੁੰਦਰ ਦੇ ਵਿੱਚ ਹੀ ਟਾਪੂ ਹੈ, ਉਸੇ ਬੇਟ ਦੁਆਰਕਾ ਟਾਪੂ 'ਤੇ ਹੀ, ਇੱਥੇ ਆ ਕੇ ਉਹਨਾਂ ਨੇ ਆਪਣਾ ਟਿਕਾਣਾ ਕੀਤਾ ਅਤੇ ਕੁਝ ਸਮਾਂ ਬਾਬਾ ਸ਼੍ਰੀ ਚੰਦ ਜੀ ਜਿਹੜੇ ਨੇ ਉਹ ਇੱਥੇ ਰੁਕੇ ਨੇ, ਉਹਨਾਂ ਬੰਦਗੀ ਕੀਤੀ ਇੱਥੇ। ਅਤੇ ਆ ਇੱਥੇ 84 ਧੂਣੇ ਜਿਹੜੇ ਨੇ ਉਹ ਇੱਥੇ ਲੱਗੇ ਹੋਏ ਨੇ।
क्योंकि गुरु हरगोबिंद साहब ने जिवें जदों प्रचार जिवें मंजियां स्थापित कीतियां गईयां सन प्रचार वास्ते उवें गुरु हरगोबिंद साहब ने नाम दिता सी प्रचार दा उन्हां नूं धूणे। उन्हां विचों एक बाबा श्री चंद जी नूं दिता गया सी प्रचार करन वास्ते क्योंकि वह सिखी की मुख धारा विच मुड़ के आए सन। तो उन्होंने फिर बाद विच बाबा गुरदित्ता जी नूं दे दिता सी प्रचार दा जिहड़ा धूणा सी जिहदा नाम सी इहनां धूणियां दा संबंध उहदे नाल नहीं है। ये तो मैं तां दस रहा भी इहदा नाम इत्थे रख्या श्री 84 धूणा सिद्ध पीठ इहदा नाम जिहड़ा है। तो यह बाबा श्री चंद जी का स्थान है। इत्थे काफ़ी लंबा समा बाबा श्री चंद जी रुके ने ते आ उन्हां दी याद दे विच इत्थे मंदिर भी बनिया होया है। आ देखो आ लिखिया है भगवान श्री चंद्राचार्य मंदिर एम अखंड धूणा श्री 84 धूणा सिद्ध पीठ। ये मंदिर उन्हां दी याद दे विच बनिया है। इत्थे कुछ उदासी साधु हुण भी ने जिहड़े इस जगह की सेवा संभाल करते ने इस स्थान से। आ देखो ये तुहानू दिखाउण दा मकसद यही सी कि बाबा श्री चंद जी भी फिर आए ने इसे जगह ते ते बाबा श्री चंद भी इत्थे कुछ समा रुके ते ये उन्हां दी याद दे विच लिखो लिखिया भगवान श्री चंद मंदिर भगवान श्री चंद। फिर उन्हां दी याद दे विच ये स्थान जिहड़ा उह इत्थे बनाया गया। बड़ा रमणीक स्थान है। वेखो लोग इत्थे भी उह देखो दर्शन करन दे वास्ते आउंदे ने। बड़ा रमणीक स्थान है, बहुत सुंदर स्थान। पंछियों की आवाज़ तुहानू आउंदी होएगी। कुछ होर भी आ मंदिर तीन नाल बने हुए ने इत्थे। तो ये दिखाने का तुहानू सिर्फ यही मकसद सी कि जे इत्थे आए हाँ तो ये पता चले कि गुरु नानक साहब वाले स्थानां ते बाबा श्री चंद भी आए। क्योंकि गुजरात दे विच एक होर इस तरह का स्थान है जिथे गुरु नानक साहब आए ने। लखपत जगह का नाम है लखपत साहब। तो उत्थे भी बाबा श्री चंद जी बाद विच आए ने। खड़ावां उत्थे पईयां ने उन्हां दीयां यादगार दे तौर ते। तो ये सोचा भी तुहानू भी ये जगह दिखा दिती जावे ते असी भी ये जगह दे दर्शन जिहड़े ने वो कर लईए। तो हुण इत्थों वापसी है जी। तो जाने फिर उत्थों जिथों फैरी मिलती है तो फिर उ दिखा के तुहानू ते फिर आपां इहदी समाप्ति जिहड़ी उह करदे आं जी। हाँ जी, असी अपना सफ़र बेट द्वारका दा ते हुण आपां वापस चलते हाँ। तो मैं फिर दोबारा अखीर ते दोहरा दें कि भाई मोहकम सिंह का जन्म स्थान इत्थे आ बेट द्वारका। तो वो जड़ा है द्वारका उन्हों गोमती द्वारका कहा जाता है क्योंकि गोमती नदी उत्थे आके समुद्र दे विच मिलती है। उन्हों गोमती द्वारका ये बेट द्वारका। भाई मोहकम सिंह का जन्म स्थान जड़ा है वह बेट द्वारका है जिदे असी आप जी ने दर्शन करवाए ने। तो हुण मैं नाल ही तुहानू अपने साथी भाई लखबीर सिंह जी दे इन्हां दे भी रूबरू करा दें। तो हुण आपां आ देखो जा रहे हैं वापस। तो ये सामने फैरी मिलेगी हुण वापस जाण वास्ते। तो बेट द्वारका दे दर्शन करन लई जिहड़े आ रहे ने देखो हुण बेट द्वारका वास्ते भी आ रहे ने बड़ी वड्डी गिणती दे विच इधर। तो आपां हुण वापस चलदे हां जी। वाहिगुरू जी का खालसा, वाहिगुरू जी की फतेह।